ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੋਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ 5 ਜੂਨ 2014 23 ਜੇਤ ਨਾਨਕ ਸਾਹਿਬ ਸੰਬੰਧ 546 ਦਾ ਦਿਨ ਹੈ ਜੀ ਡਾਕਟਰ ਸਾਹਿਬ ਕੀ ਹੈ ਅੱਜ ਦਾ ਮੁੱਦਾ ਅਹ ਦੇਖੋ ਪਿਛਲੇ ਲਗਭਗ 4-5 ਦਿਨ ਤੋਂ ਅਸੀਂ ਲਗਾਤਾਰ ਤਣਾ ਨਾਲ 30 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਟੈਂਕਾਂ-ਤੋਪਾਂ ਨਾਲ ਹਮਲਾ ਤੇ ਉਸ ਹਮਲੇ ਦੇ ਜਿਹੜੇ ਅੱਡ-ਅੜਾ ਸਪੈਕਟ ਨੇ ਕਿਵੇਂ ਇਹ ਕਨਸਪੀਰੇਸੀ KGB ਰਸ਼ੀਆ ਦੀ ਏਜੰਸੀ ਇੰਗਲੈਂਡ ਦੇ ਸਬੂਤ ਸਾਹਮਣੇ ਆਏ ਨੇ ਮਾਰਗਰੇਟ ਥੈਚਰ ਵੀ ਉਸ ਦੇ ਵਿੱਚ ਇੱਕ ਪਾਰਟੀ ਸੀ ਜੀ ਔਰ ਕਿਵੇਂ ਭਾਰਤ ਦੇ ਵਿੱਚ ਵੀ ਉਹਨਾਂ ਦੇ ਜਿਹੜੀ ਤਿੰਨ ਬੰਦਿਆਂ ਦੀ ਕਵਾਟਰੀ ਰਾਜੀਵ ਗਾਂਧੀ ਅਰਉਨ ਸਿੰਘ ਅਰਉਨ 네ਹਰੂ ਔਰ ਕਿਤੇ ਨਾ ਕਿਤੇ ਭਾਵੇਂ ਤਵਨ ਇਹ ਕਹਿਣ ਦਾ ਯਤਨ ਕਰਦਾ ਹੈ ਉਹਨਾਂ ਇੰਟਰਵਿਊ ਵੀ ਦਿੱਤੇ ਨੇ ਵੀ ਉਹਦਾ ਰੋਲ ਨਹੀਂ ਹੈ ਪਰ ਉਹਦਾ ਵੀ ਰੋਲ ਸਾਹਮਣੇ ਆਉਂਦਾ ਹੈ ਕਿ ਕਿਵੇਂ ਕਈ ਮਹੀਨੇ ਪਹਿਲਾਂ ਜਾਂ ਕਈ ਸਾਲ ਪਹਿਲਾਂ ਇਹ ਜਿਹੜਾ ਕੋ ਕਰਮ ਕਰਨ ਦੇ ਲਈ ਯੋਜਨਾ ਬਣਾਈ ਗਈ ਇਸ ਤੇ ਬਹੁਤ ਸਾਰੇ ਰੀਜ਼ਨ ਜਦੋਂ ਹੁਣ ਵੀ ਡਿਸਕਸ ਹੁੰਦੇ ਨੇ ਅ ਐਕਸਵਾਲ ਅਕਸਰ ਜਿਹੜਾ ਅੱਜ ਵੀ ਕਈ ਵਾਰੀ ਸਾਡੇ ਕੁਝ ਆਪਣੇ ਅਣਪੋਲ ਵੀਰ ਭੈਣਾਂ ਵੀ ਕਰਨ ਦਾ ਯਤਨ ਕਰਦੇ ਨੇ ਅਸੀਂ ਕਈ ਵਾਰ ਇਸ ਦਾ ਜਵਾਬ ਵੀ ਦਿੱਤਾ ਹੈ ਰਿਸਪੌਂਡ ਵੀ ਕੀਤਾ ਹੈ ਲੇਕਿਨ ਫਿਰ ਵੀ ਕੁਝ ਚੀਜ਼ਾਂ ਲਗਾਤਾਰਤਾ ਦੇ ਨਾਲ ਉਹੀ ਗੱਲਾਂ ਮੁੜ ਮੁੜ ਕੇ ਆਉਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਸਵਾਲ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੀ ਜੇ ਭਿੰਡਰਾਂ ਵਾਲੇ ਅੰਦਰ ਹਥਿਆਰ ਨਾ ਲੈ ਕੇ ਜਾਂਦੇ ਅੰਦਰ ਉਹ ਜਿਹੜਾ ਉਸ ਨੂੰ 45 ਨਾ ਕਰਦੇ ਉਸ ਦੀ ਅੰਦਰ ਕਿਲਾਬੰਦੀ ਨਾ ਹੁੰਦੀ ਜੀ ਤੇ ਸਰਕਾਰ ਨੂੰ ਬਹਾਨਾ ਨਹੀਂ ਸੀ ਮਿਲਣਾ ਜੀ ਜੀ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਜੇ ਜਦੋਂ ਫਿਰ ਫੌਜ ਆਈ ਗਈ ਸੀ ਫਿਰ ਉਹਨਾਂ ਨੂੰ ਜਿਹੜਾ ਉਹ ਸਰੈਂਡਰ ਕਰ ਦੇਣਾ ਚਾਹੀਦਾ ਸੀ ਇਹ ਵੀ ਦਲੀਲ ਆਂਦੀ ਹੈ ਇੱਕ ਜਿਹੜਾ ਜਿਸ ਦੀ ਚਰਚਾ ਕਾਫੀ ਕਿਉਂਕਿ ਇਹ ਇੰਡੀਅਨ ਗਵਰਨਮੈਂਟ ਦੀ ਵਰਜਨ ਸੀ ਜਿਹਨੂੰ ਅਕਾਲੀ ਔਰ ਕਾਂਗਰਸੀ ਔਰ ਸਰਕਾਰੀ ਤਾਕਤਾਂ ਵਿੱਚ ਦੀਆਂ ਰਹੀਆਂ ਕਿ ਜੀ ਪਿੰਡਰਾਵਾਲਿਆਂ ਨੂੰ ਸੰਜੇ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੇ ਖੜਾ ਕੀਤਾ ਜਦੋਂ ਕਿ ਇਹਨਾਂ ਦੀ ਕਾਂਗਰਸ ਆਊਟ ਆਫ ਪਾਵਰ ਸੀ ਅਕਾਲੀਆਂ ਦੀ ਸਰਕਾਰ ਸੀ ਕਿ ਕਿਵੇਂ ਮੁਕਾਬਲਾ ਕੀਤਾ ਜਾਏ ਅਕਾਲੀਆਂ ਨੂੰ ਕਿਵੇਂ ਨੀਵਾ ਦਿਖਾਇਆ ਜਾਏ ਸੋ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜਿਵੇਂ ਪਿੰਡਰਾਵਾਲੇ ਕਾਂਗਰਸ ਦੀ ਪ੍ਰੋਡਕਟ ਸੀ ਔਰ ਇਸ ਥਿਉਰੀ ਨੂੰ ਈਵਨ ਇਹ ਜਿਹੜਾ ਫਿਰਕੂ ਜ਼ਹਿਰ ਨਾਲ ਭਰਿਆ ਹੋਇਆ ਐਲਕੇ ਅਦਵਾਨੀ ਇਨੇ ਵੀ ਆਪਣੀ ਕਿਤਾਬ ਦੇ ਵਿੱਚ ਇਹ ਉਹਨਾਂ ਦੇ ਲਈ ਸ਼ਬਦ ਫ੍ਰੈਂਕਨਸਟਾਈਨ ਜਾਂ ਭਸਮਾਕਸ਼ੁਰ ਜਿਹੜਾ ਹੈ ਭਸਮਾਸੁਰ ਇੱਕ ਰਾਖਸ਼ ਦਾ ਨਾਮ ਹੈ ਖਤਰਨਾਕ ਜਦੋਂ ਫ੍ਰੈਂਕਨਸਟਾਈਨ ਕਿਹਾ ਜਾਂਦਾ ਹੈ ਉਹ ਇਹ ਹੁੰਦਾ ਹੈ ਕਿ ਜਿਵੇਂ ਇੱਕ ਸਾਇੰਸਟ ਨੇ ਇੱਕ ਮਿੱਥ ਦੇ ਉੱਤੇ ਆਧਾਰਿਤ ਹੈ ਕਿ ਜੀ ਇੱਕ ਜਿੰਨ ਬਣਾਇਆ ਤਾਂ ਫਿਰ ਉਹ ਇਨਾਂ ਨੂੰ ਤਬਾਹੀ ਕਰਨ ਲੱਗਾ ਕਿ ਉਹਨੂੰ ਉਹਨੇ ਜਿਹੜਾ ਉਹ ਪਹਿਲਾਂ ਬੋਤਲ ਦੇ ਵਿੱਚ ਬਣਾ ਕੇ ਰੱਖਿਆ ਸੀ ਤੇ ਜਦੋਂ ਉਹਨੂੰ ਛੱਡਿਆ ਤਾਂ ਉਹਨੇ ਫਿਰ ਬਹੁਤ ਤਬਾਹੀ ਕੀਤੀ ਸੋ ਇਹਦਾ ਵੀ ਮਤਲਬ ਹੁੰਦਾ ਹੈ ਕਿ ਕੋਈ ਬੰਦਾ ਜਿਹੜਾ ਕਿਸੇ ਚੀਜ਼ ਨੂੰ ਕ੍ਰੀਏਟ ਕਰੇ ਤੇ ਫਿਰ ਉਹ ਉਹਨੂੰ ਹੀ ਖਾਣ ਲਈ ਆ ਜਾਏ ਜਾਂ ਉਸ ਨੂੰ ਤਾਂ ਹੀ ਉਹ ਵਿਰੋਧੀ ਬਣ ਜਾਏ ਔਰ ਇਸ ਤਰ੍ਹਾਂ ਪਿੰਡਾਂ ਵਾਲਿਆਂ ਦੇ ਨਾਲ ਕਾਂਗਰਸ ਨੂੰ ਜੋੜ ਕੇ ਔਰ ਕਈ ਤਾਂ ਇਸ ਹੱਦ ਤੱਕ ਅੱਗੇ ਚਲੇ ਜਾਂਦੇ ਨੇ ਜਿਸ ਆਰਟੀਕਲ ਦਾ ਜ਼ਿਕਰ ਅਸੀਂ ਅੱਗੇ ਵੀ ਕੀਤਾ ਸੀ ਆ ਕਿ ਦਾ ਸ਼ੈਟਰਡ ਡੋਮ ਜਿਹੜੀ ਕਿ ਉਸ ਦੇ ਵਿੱਚ ਕਾਰਵਾ ਮੈਗਜ਼ੀਨ ਦਿੱਲੀ ਦੇ ਵਿੱਚ छਪਿਆ ਆਰਟੀਕਲ ਹੈ ਹਾਲਾਂਕਿ 10 12 ਸਫੇ ਦਾ ਉਹ ਆਰਟੀਕਲ ਕਾਫੀ ਗਰਾਊਂਡ ਰਿਐਲਿਟੀ ਨੂੰ ਸਮਝਣ ਦੀ ਕੋਸ਼ਿਸ਼ ਹੈ ਪਰ ਉਹਦੇ ਵਿੱਚ ਉਹ ਵੀ ਉਸ ਪ੍ਰੋਪਗੈਂਡੇ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਸਾ ਆਰਟੀਕਲ ਦਾ ਲਿਖਾਰੀ ਕੇਜੀ ਪਿੰਡਾਂ ਵਾਲਿਆਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਰੈਲੀਆਂ ਕੀਤੀਆਂ ਸੀ ਉਹਨਾਂ ਨੇ ਜਿਹੜਾ ਉਹ ਕਾਂਗਰਸ ਦੇ ਇੰਦਰਾ ਗਾਂਧੀ ਨਾਲ ਵੀ ਸਟੇਜ ਸਾਂਝੀ ਕੀਤੀ ਸੀ ਇਸ ਕਿਸਮ ਦੇ ਜਿਹੜੇ ਕਿ ਬਿਨਾ ਪੜਤਾਲ ਕੀਤੇ ਤੱਥਾਂ ਦੀ ਫੈਕਟਸ ਦੀ ਜਿਹੜੇ ਪੱਤਰਕਾਰ ਗੱਲਾਂ ਕਰਦੇ ਨੇ ਉਹ ਮੇਰਾ ਨਹੀਂ خیال ਕਿ ਵੀ ਉਹਨਾਂ ਨੂੰ ਜਿਹੜਾ ਪੱਤਰਕਾਰੀ ਦਾ ਮੁੱਢਲਾ ਨਿਯਮ ਹੁੰਦਾ ਹੈ ਕਿ ਬੇਸ਼ੱਕ ਪਹਿਲਾਂ ਕੋਈ ਗੱਲ ਸਥਾਪਿਤ ਸਚਾਈ ਵੀ ਹੋਵੇ ਕਿ ਕਿਸੇ ਨੇ ਲਿਖ ਦਿੱਤਾ ਹੈ ਲੇਕਿਨ ਇੱਕ ਚੰਗਾ ਪੱਤਰਕਾਰ ਚੰਗਾ ਲਖਾਰੀ ਚੰਗਾ ਐਨਾਲਿਸਟ ਚੰਗਾ ਬੁਲਾਰਾ ਜਿਹੜਾ ਉਹਨੂੰ ਕੋਟ ਕਰਦਾ ਉਹੀ ਹੁੰਦਾ ਹੈ ਵੀ ਉਹਨਾਂ ਫੈਕਟਸ ਨੂੰ ਪਹਿਲਾਂ ਚੈੱਕ ਕਰ ਲਿਆ ਜਾਏ ਕਿ ਉਸ ਦੇ ਵਿੱਚ ਕੀ ਹਕੀਕਤ ਹੈ ਸੋ ਬਿਸ਼ੱਕ ਜਿਹੜਾ ਇਸ ਦਿਨ ਨੂੰ ਅੱਜ 5 ਜੂਨ ਦਾ ਦਿਨ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਸਮਾਗਮ ਚੱਲ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਕੱਲ 4 ਨੂੰ ਜਿਹੜਾ ਕਿ ਅਖੰਡ ਪਾਠ ਸਾਹਿਬ ਰੱਖਿਆ ਗਿਆ ਅੱਜ ਦੀ ਰਿਪੋਰਟਿੰਗ ਆਈ ਹੈ ਜੀ ਔਰ ਆਲਰੇਡੀ ਦਾਲ ਖਾਲਸਾ ਜਥੇਬੰਦੀ ਨੇ ਸੰਤੋਖ ਸਰ ਸਾਹਿਬ ਤੋਂ ਹਾਲ ਬਾਜ਼ਾਰ ਹਾਲ ਗੇਟ ਤੋਂ ਹੁੰਦੇ ਆ ਹਰਮੰਦਰ ਸਾਹਿਬ ਤੱਕ ਮਾਰਚ ਕੀਤਾ ਹੈ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਐਕਟੀਵਿਟੀ ਇਸ ਨਾਲ ਜੁੜੀ ਹੋਈ ਸਾਹਮਣੇ ਹੋਏਗੀ ਪਰ ਇਹਨਾਂ ਮੁੱਢਲੇ ਸਵਾਲਾਂ ਨੂੰ ਜਿਹੜੇ ਮੈਂ ਪਹਿਲੇ ਕੁਝ ਮਿੰਟਾਂ ਦੇ ਵਿੱਚ ਰੇਜ਼ ਕੀਤੇ ਨੇ ਬੇਸ਼ੱਕ ਅਸੀਂ ਰਿਪੀਟਡਲੀ ਉਹਨਾਂ ਨੂੰ ਆਨਸਰ ਕਰਦੇ ਹਾਂ ਬਟ ਫਿਰ ਵੀ ਮੈਂ ਸਮਝਦਾ ਹਾਂ ਵੀ ਇਹ ਜ਼ਰੂਰੀ ਹੈ ਕਿ ਇਸ ਦੇ ਠੀਕ ਕੰਟੈਕਸਟ ਨੂੰ ਸਮਝ ਆ ਜਾਏ ਜੀ ਪਹਿਲੀ ਗੱਲ ਤਾਂ ਇਹ ਦੋ ਚੀਜ਼ਾਂ ਜਦੋਂ ਅਸੀਂ ਹਰਮੰਦਰ ਸਾਹਿਬ ਔਰ ਤਖਤ ਸਾਹਿਬ ਦੋ ਦੀ ਗੱਲ ਕਰਦੇ ਹਾਂ ਦੋਨੋਂ ਹੀ ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿਥ ਤੇ ਅਕਾਲ ਤਖਤ ਸਾਹਿਬ ਹੈ ਔਰ ਅਕਾਲ ਤਖਤ ਦਾ ਮੂੰਹ ਹਰਮੰਦਰ ਵਾਲੇ ਔਰ ਅਕਾਲ ਤਖਤ ਜਦੋਂ ਸਾਜਿਆ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਜਿਹੜਾ ਹੈ ਇਹ ਗੁਰੂ ਸਾਹਿਬ ਨੇ ਇਸ ਦੀ ਨਹੀਂ ਰੱਖੀ ਔਰ ਇਸ ਬਾਰੇ ਸਾਡੇ ਇਤਿਹਾਸਕ ਹਵਾਲੇ ਨੇ ਕਿ ਕਿਨਹੀ ਰਾਜ ਨਾ ਹੱਥ ਲਗਾਇਓ ਬੁੱਢੇ ਤੇ ਗੁਰਦਾਸ ਬਣਾਇਓ ਜੀ ਬਾਬਾ ਬੁੱਢਾ ਜੀ ਨੇ ਗਾਰਾ ਤਿਆਰ ਕੀਤਾ ਭਾਈ ਗੁਰਦਾਸ ਜੀ ਨੇ ਇੱਟਾਂ ਫੜਾਈਆਂ ਔਰ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੀ ਨਹੀਂ ਰੱਖੀ ਕੋਈ ਤੀਸਰਾ ਹੱਥ ਉਸ ਨੂੰ ਨਹੀਂ ਲੱਗਾ ਉਸ ਦੀ ਸਿਰਜਣਾ ਦੇ ਵਿੱਚ ਇਹਨਾਂ ਦੋ ਗੁਰਸਿੱਖਾਂ ਤੋਂ ਬਿਨਾਂ ਔਰ ਚੇਵੇਂ ਬਾਦਸ਼ਾਹ ਦੇ ਨਹੀਂ ਰੱਖਣ ਤੋਂ ਬਿਨਾਂ ਜੀ ਹੁਣ ਜ਼ਾਹਰ ਹੈ ਵੀ ਤਖਤ ਪਾਵਰ ਦਾ ਸੈਂਟਰ ਹੁੰਦਾ ਹੈ ਔਰ ਤਖਤ ਤਾਕਤ ਨਾਲ ਜੁੜਿਆ ਹੁੰਦਾ ਹੈ ਔਰ ਹੁਣ ਤੱਕ ਵੀ ਅਕਾਲ ਤਖਤ ਦੇ ਸਾਹਮਣੇ ਅਪੀਲ ਵੀ ਹੁੰਦੀ ਰਹੀ ਜੇ ਕੋਈ ਕਸੂਰ ਦਾ ਬ੍ਰਾਹਮਣ ਆਇਆ ਹੈ ਇਹ ਅਪੀਲ ਲੈ ਕੇ ਕਿ ਜੀ ਉਹਦੀ ਘਰ ਵਾਲੀ ਨੂੰ ਉੱਚੋਂ ਦਾ ਹਾਕਮ ਉਸਮਾਨ ਖਾਨ ਲੈ ਗਿਆ ਤੇ ਖਾਲਸੇ ਨੇ ਇੱਥੇ ਹੀ ਅਰਦਾਸਾ ਸੋਧ ਕੇ ਜਾ ਕੇ ਕਸੂਰ ਤੇ ਹਮਲਾ ਕੀਤਾ ਔਰ ਉਸਤੀ ਇਸਤਰੀ ਨੂੰ ਵਾਪਸ ਦਵਾਈ ਜੀ ਇਸੇ ਤਰ੍ਹਾਂ ਸਮੇਂ-ਸਮੇਂ ਕੋਈ ਫਰਿਆਦੀ ਵੀ ਹੁੰਦਾ ਔਰ ਉਹਨੂੰ ਤਲਬ ਵੀ ਕੀਤਾ ਜਾਂਦਾ ਹੁਣ ਤਲਬ ਤਖਤ ਤੇ ਹੀ ਕੀਤਾ ਜਾਂਦਾ ਹੁਣ ਜਿਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਬਹੁਤ ਪਾਵਰਫੁਲ ਬਾਦਸ਼ਾਹ ਸੀ ਆਪਣੇ ਵੇੜੇ ਦੇ ਭਾਵੇਂ ਸਿੱਖ ਰਾਜ ਦਾ ਹੀ ਉਹ ਮੁਖੀ ਸੀ ਲੇਕਿਨ ਜੇ ਉਹਨਾਂ ਨੇ ਕੋਈ اخلاقی ਕਮਜ਼ੋਰੀ ਦਿਖਾਈ ਤੇ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਿਹੜੇ ਸੇਵਾਦਾਰ ਜਉ ਦੀ ਸੇਵਾ ਸੰਭਾਲ ਕਰਦੇ ਸਨ ਅਕਾਲੀ ਫੂਲਾ ਸਿੰਘ ਜੀ ਉਹਨਾਂ ਨੇ ਉਹਨੂੰ ਤਲਬ ਕੀਤਾ ਰਣਜੀਤ ਸਿੰਘ ਔਰ ਇਹ ਵੀ ਕਿਹਾ ਵੀ ਉਹਨੂੰ ਇਸ ਦਰਖਤ ਨਾਲ 임ਰੀ ਦੇ ਬਨਕੇ ਕੋਰੜੇ ਮਾਰੇ ਜਾਂ ਹੁਣ ਜਾ ਰਿਹਾ ਹੈ ਕਿ ਸਜ਼ਾ ਦੇਣੀ ਵੀ ਤਖਤ ਦੇ ਕੋਲ ਹੁੰਦੀ ਹੈ ਔਰ ਤਖਤ ਦੇ ਉੱਤੇ ਜਿਹੜਾ ਸ਼ਸਤਰਾਂ ਦਾ ਹੋਣਾ ਹਥਿਆਰਾਂ ਦਾ ਹੋਣਾ ਇਹ ਤੁਹਾਡੀ ਪੋਲੀਟੀਕਲ ਟੈਂਪੋਰਲ ਸੀਟ ਦਾ ਸਬੂਤ ਵੀ ਹੁੰਦਾ ਹੈ ਜੀ ਇਹੀ ਕਾਰਨ ਹੈ ਕਿ ਜਿਹੜੇ ਪੰਜ ਸਾਡੇ ਤਖਤ ਸਹਿਬਾਨ ਨੇ ਉਹਨਾਂ ਦੇ ਉੱਤੇ ਸ਼ਸਤਰ ਰੱਖੇ ਹੋਏ ਨੇ ਤਤ ਸਬਾਨਾਂ ਤੇ ਔਰ ਹੁਣ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਜਿਹੜਾ ਜਿੱਥੇ ਗੁਰੂ ਸਾਹਿਬ ਬੈਠਦੇ ਸੀ ਜਾਂ ਜਿੱਥੋਂ ਤਾਂ ਉਹ ਉੱਥੇ ਸ਼ਸਤਰ ਰੱਖੇ ਹੋਏ ਨੇ ਇਸੇ ਤਰ੍ਹਾਂ ਬਾਕੀ ਤਖਤਾਂ ਤੇ ਵੀ ਹੈ ਔਰ ਸਾਰੇ ਤਖਤਾਂ ਤੇ ਸ਼ਾਮ ਨੂੰ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਹੁਣ ਜੂਨ 84 ਦੇ ਵੇਲੇ ਵੀ ਇਹ ਗੱਲ ਈਵਨ ਦੁਸ਼ਮਨ ਤਾਕਤ ਨੇ ਵੀ ਨਹੀਂ ਕਹੀ ਹੁਣ ਹਰਮੰਦਰ ਸਾਹਿਬ ਦੀ ਕੋਈ ਕਿਲਾਬੰਦੀ ਨਹੀਂ ਸੀ ਕੀਤੀ ਹੋਈ ਹਰਮੰਦਰ ਸਾਹਿਬ ਦੇ ਅੰਦਰ ਕੋਈ ਹਥਿਆਰ ਲੈ ਕੇ ਸਿੱਖ ਨਹੀਂ ਸੀ ਔਰ ਹਰਮੰਦਰ ਸਾਹਿਬ ਤੋਂ ਕੋਈ ਫਾਇਰਿੰਗ ਨਹੀਂ ਹੋਈ ਕਿਉਂਕਿ ਹਰਮੰਦਰ ਸਾਹਿਬ ਪੀਰੀ ਦਾ ਮਕਾਮ ਹੈ ਉਹ ਸਿਰਫ ਤੇ ਸਿਰਫ ਚਤੇ ਪੈਰ ਉੱਥੇ ਗੁਰਬਾਣੀ ਕੀਰਤਨ ਔਰ ਅਧਿਆਤਮ ਜਿਹੜਾ ਕੀਰਤਨ ਹੈ ਉਸ ਦਾ ਹੀ ਗਾਇਨ ਹੁੰਦਾ ਹੈ ਔਰ ਹੋਏ ਹੁੰਦਾ ਰਹੇ ਜੀ ਤਖਤ ਮੀਰੀ ਦਾ ਸੂਚਕ ਨਹੀਂ ਹੁਣ ਜੇ ਤੁਸੀਂ ਹਥਿਆਰ ਸ਼ਸਤਰਾਂ ਸ਼ਸਤਰ ਨੇ ਉੱਥੇ ਉਹਨਾਂ ਦੇ ਦਰਸ਼ਨ ਵੀ ਕਰਵਾਉਂਦੇ ਹੋ ਔਰ ਇਹੀ ਕਾਰਨ ਹੈ ਵੀ ਅਕਾਲ ਤਖਤ ਦੇ ਲਈ ਹਮੇਸ਼ਾ ਸ਼ਹੀਦੀਆਂ ਹੋਈਆਂ ਪੋਜੀਸ਼ਨ ਵੀ ਉੱਥੇ ਹੀ ਲਈ ਹਰਮੰਦਰ ਸਾਹਿਬ ਨੂੰ 45 ਨਹੀਂ ਕੀਤਾ ਕਿਉਂਕਿ ਇਸ ਗੱਲ ਨੂੰ ਸੰਤ ਪਿੰਡਾਂ ਵਾਲੇ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਕਿ ਸਿੱਖ ਇਤਿਹਾਸਿਕ ਪਰੰਪਰਾ ਕੀ ਹੈ ਜੀ ਇਸੇ ਤਖਤ ਦੀ ਰੱਖਿਆ ਲਈ ਪਾਈ ਗੁਰਬਖਸ਼ ਸਿੰਘ ਬਾਬਾ ਦੀਪ ਸਿੰਘ ਜੂਝ ਕੇ ਸ਼ਹੀਦ ਹੋਏ ਸੋ ਜ਼ਾਹਰ ਹੈ ਕਿ ਕੋਈ ਵੀ ਗੱਲ ਸਿਧਾਂਤਕ ਤੌਰ ਦੇ ਉੱਤੇ ਤਖਤ ਸਹਬਾਨ ਦੇ ਉੱਤੇ ਸ਼ਸਤਰਵਾਦ ਹੋ ਕੇ ਤਖਤ ਦੀ ਰੱਖਿਆ ਦੇ ਲਈ ਸ਼ਹਾਦਤ ਦੇਣੀ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਜੀ ਹੁਣ ਦੂਸਰੀ ਗੱਲ ਜਿਹੜੀ ਇਹ ਇਲਜ਼ਾਮ ਤਰਾਸ਼ੀ ਹੁੰਦੀ ਹੈ ਜਿਹੜੀ ਸਰਕਾਰੀ ਹਲਕੇ ਜੀ ਅੰਦਰ ਕਾਤਲਾਂ ਦਾ ਟੂਲਾ ਸੀ ਉਹ ਬਾਹਰ ਆਉਂਦੇ ਸੀ ਬੰਦੇ ਮਾਰ ਕੇ ਵਾਪਸ ਅੰਦਰ ਚਲੇ ਜਾਂਦੇ ਸੀ ਔਰ ਜਿਹੜਾ ਕੋਈ ਕੰਟਰੋਲ ਨਹੀਂ ਸੀ ਚਲੋ ਮੰਨ ਲਓ ਦਲੀਲ ਦੀ ਖਾਤਰ ਕਿ ਕੋਈ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਚ ਜਾਂ ਦਰਬਾਰ ਸਾਹਿਬ ਦੇ ਚੁਗਿਰਦੇ ਚ ਕੋਈ ਕ੍ਰਿਮੀਨਲ ਇਨਾਂ ਦੇ ਸ਼ਬਦਾਂ ਚ ਵੀ ਹੋਏ ਫਿਰ ਕੀ ਹੁੰਦਾ ਹੁਣ ਈਵਨ ਜਦੋਂ 1920ਵਿਆਂ ਚ ਅਕਾਲੀ ਲਹਿਰ ਚੱਲੀ ਐ ਬਬਰ ਅਕਾਲੀ ਲਹਿਰ ਜਿਹੜੀ ਸੀ ਉਹ ਹਥਿਆਰਬੰਦ ਸੰਘਰਸ਼ ਸੀ ਜੀ ਪਰ ਕੋਈ ਵੀ ਬਬਰ ਅਕਾਲੀ ਦੇ ਅੰਦਰ ਆ ਵੀ ਜਾਂਦਾ ਸੀ ਤੇ ਹਕੂਮਤ ਵੱਲੋਂ ਜੇ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਫਲਾਣਾ ਤਾਂ ਉਹਨੂੰ ਜਾਣ ਲਈ ਕਹਿ ਦਿੱਤਾ ਜਾਂਦਾ ਸੀ ਸੋ ਇਸੇ ਤਰ੍ਹਾਂ ਜੇ ਤਾਂ ਸੰਤ ਪਿੰਡਾਂ ਵਾਲਿਆਂ ਦੇ ਖਿਲਾਫ ਦੂਜੇ ਜਿਹੜੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਕੋਈ ਕੇਸ ਰਜਿਸਟਰ ਹੁੰਦੇ ਜੀ ਕੋਈ ਐਫ ਆਈ ਆਰਸ ਹੁੰਦੀਆਂ ਹਕੂਮਤ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿੰਦੇ ਕਿ ਜੀ ਆ ਇਹਨਾਂ ਦੇ ਖਿਲਾਫ ਕੇਸ ਹੈ ਇਹ ਪੇਸ਼ ਹੋਣ ਉਹ ਨਾ ਜਾਂਦੇ ਫੇਰ ਹਕੂਮਤ ਦਾ ਇਹ ਬਣਦਾ ਸੀ ਕਿ ਉਹ ਕਹਿਣ ਕਿ ਜੀ ਅਸੀਂ ਇਹਨਾਂ ਨੂੰ ਅਰੈਸਟ ਕਰਨ ਲਈ ਆਏ ਹੁਣ ਇੱਕੋ ਇੱਕ ਕੇਸ ਸੰਤ ਪਿੰਡਾਂ ਵਾਲਿਆਂ ਦੇ ਖਿਲਾਫ ਰਜਿਸਟਰ ਹੋਇਆ ਹੈ ਲਾਲਾ ਜਗਤ ਨਰਾਇਣ ਦੇ ਕਤਲ ਹੋਣ ਤੋਂ ਬਾਅਦ ਔਰ ਉਹਦੇ ਚ ਸੰਤਾਂ ਨੇ ਖੁਦ ਗ੍ਰਿਫਤਾਰੀ ਦਿੱਤੀ 20 ਸਤੰਬਰ 1981 ਨੂੰ ਔਰ ਉਸ ਤੋਂ ਬਾਅਦ ਲਗਭਗ ਉਹ 20 ਦਿਨ ਤੋਂ ਜ਼ਿਆਦਾ ਜੇਲ੍ਹ ਦੇ ਵਿੱਚ ਰਹਿ ਫਿਰੋਜ਼ਪੁਰ ਚ ਔਰ ਉਹਨਾਂ ਨੂੰ ਆ ਜਿਹੜਾ ਹੈ ਬਿਨਾ ਕਿਉਂਕਿ ਬੇਕਸੂਰ ਸਨ ਉਹ ਸੋ ਉਸ ਬਿਨਾ ਦੇ ਉੱਤਰੋਂ ਛੱਡ ਦਿੱਤਾ ਗਿਆ ਸੋ ਇਹ ਵੀ ਆਰਗੂਮੈਂਟ ਠੀਕ ਨਹੀਂ ਹੈ ਕਿ ਜੀ ਅੰਦਰ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ ਜਾਂ ਚੋਇਸ ਨਹੀਂ ਸੀ ਜੇ ਹਕੂਮਤ ਜਿਹੜੀ ਹੈ ਉਹ ਕਾਨੂੰਨ ਦਾ ਰਸਤਾ ਵੀ اختیار ਕਰਦੀ ਇੰਡੀਅਨ ਕਾਨੂੰਨ ਦਾ ਰਸਤਾ ਵੀ ਤੇ ਫਿਰ ਵੀ ਇਹ ਕਹਿਣਾ ਬਣਦਾ ਸੀ ਜੇ ਅਸੀਂ ਤਾਂ ਵਾਰਨਿੰਗ ਦਿੱਤੀ ਅਸੀਂ ਤਾਂ ਵਾਰੰਟ ਕੱਢੇ ਸੀ ਅਸੀਂ ਤਾਂ ਸ਼੍ਰੋਣੀ ਕਮੇਟੀ ਨੂੰ ਨੋਟਿਸ ਦਿੱਤਾ ਹੈ ਅਸੀਂ ਤਾਂ ਐਫ ਆਈ ਆਰ ਦਰਜ ਕੀਤੀ ਸੋ ਉਹਨਾਂ ਦੇ ਖਿਲਾਫ ਕੋਈ ਐਫ ਆਈ ਆਰ ਨਹੀਂ ਸੀ ਤੀਸਰੀ ਗੱਲ ਹੁਣ ਅਮਰੀਕਾ ਦੇ ਵਿੱਚ ਰਾਈਟ ਟੂ ਵੇਅਰ ਐਂਡ ਬੀਅਰ ਵੈਪਨ ਹੈਗਾ ਤੁਸੀਂ ਹਥਿਆਰ ਰੱਖਦੇ ਵੀ ਉਹ ਹਥਿਆਰ ਬਹਿਨਦੇ ਹੋਵੇ ਲਾਈਸੈਂਸਡ ਹੈ ਜੇ ਤੁਸੀਂ ਆਪਣੇ ਘਰ ਦੀ ਚਾਰ ਦਿਵਾਰੀ ਚੋਂ ਤੇ ਭਾਵੇਂ 50 ਬੰਦੇ ਵੀ ਤੁਹਾਡਾ ਗੇਟ ਟੱਪ ਕੇ ਅੰਦਰ ਆ ਜਾਣ ਤੇ ਤੁਸੀਂ ਉਹਨਾਂ ਨੂੰ ਮਾਰ ਦਿੰਨੇ ਹੋ ਤੁਹਾਡੇ ਤੇ ਕੋਈ ਕੇਸ ਨਹੀਂ ਚੱਲਦਾ ਕਿਉਂਕਿ ਤੁਹਾਡੇ ਕੋਲ ਆਪਣਾ ਵੈਪਨ ਹੈ ਔਰ ਜਿਹੜਾ ਤੁਹਾਡੀ ਟੈਰੀਟਰੀ ਚ ਆਇਆ ਹੈ ਜੀ ਉਹ ਤੁਹਾਡੇ ਲਈ ਖਤਰਾ ਹੈ ਔਰ ਤੁਸੀਂ ਇਨ ਸੈਲਫ ਡਿਫੈਂਸ ਇਹਨੂੰ ਕਹਿੰਦੇ ਨੇ ਕਿਲਿੰਗ ਇਨ ਸੈਲਫ ਡਿਫੈਂਸ ਜੀ ਤੁਸੀਂ ਸੈਲਫ ਡਿਫੈਂਸ ਜਿਹੜਾ ਹੈ ਉਹ ਉਸ ਦਾ ਉਹਨਾਂ ਨੂੰ ਮਾਰਿਆ ਤੋ ਅਸੀਂ ਸਮਝਦੇ ਆਂ ਕਿ ਪਿੰਡਰਾ ਵਾਲਿਆਂ ਨੇ ਜਾਂ ਸਿੰਘਾਂ ਨੇ ਕੋਈ ਹਰਮੰਦਰ ਸਾਹਿਬ ਅਕਾਲ ਤਖਤ ਤੋਂ ਬਾਅਦ ਨਿਕਲ ਕੇ ਕਿਸੇ ਤੇ ਹਮਲਾ ਨਹੀਂ ਕੀਤਾ ਜੀ ਜੀ ਆਪਣੇ ਤਖਤ ਦੇ ਉੱਤੇ ਆਪਣੇ ਗੁਰੂ ਦੇ ਦਰਬਾਰ ਚ ਆਪਣੇ ਆਪ ਨੂੰ ਆਪਣੇ ਉਸ ਦਰਬਾਰ ਨੂੰ ਡਿਫੈਂਡ ਕਰਨ ਦਾ ਉਹਨਾਂ ਦਾ ਹੱਕ ਬਣਦਾ ਸੀ ਜਿਹੜਾ ਕਿ ਉਹਨਾਂ ਨੇ ਡਿਫੈਂਡ ਕੀਤਾ ਔਰ ਪੂਰੀ ਤਰ੍ਹਾਂ ਉਹਨਾਂ ਨੇ ਜਿਹੜਾ ਇਸ ਦੇ ਲਈ ਜੂਝ ਕੇ ਸ਼ਹੀਦੀ ਪਾਈ ਜੀ ਹੁਣ ਇੱਕ ਇਹ ਬਹਾਨਾ ਕਿ ਜੀ ਜੇ ਸੰਤ ਉੱਥੇ ਨਾ ਹੁੰਦੇ ਤਾਂ ਮੌਕਾ ਨਹੀਂ ਸੀ ਸਰਕਾਰ ਨੂੰ ਬਹਾਨਾ ਮਿਲਣਾ ਹੁਣ ਇੰਨੇ ਕ ਸਬੂਤ ਸਾਹਮਣੇ ਆ ਗਏ ਨੇ ਕਿ ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ ਹੈ 1980 ਦੇ ਵਿੱਚ 1979 'ਚ ਐਮਰਜੈਂਸੀ ਟੁੱਟੀ ਜਨਤਾ ਪਾਰਟੀ ਦੀ ਸਰਕਾਰ ਬਣੀ ਉਹ ਨਹੀਂ ਟਿੱਕੀ ਫਿਰ ਇਲੈਕਸ਼ਨਾਂ ਹੋਈਆਂ ਇੰਦਰਾ ਗਾਂਧੀ ਪਾਵਰ 'ਚ ਆ ਗਈ 1980 ਤੋਂ ਲੈ ਕੇ ਪੂਰੀ ਯੋਜਨਾਬੱਧ ਤਰੀਕੇ ਦੇ ਨਾਲ ਉੱਤਰਾਖੰਡ ਦੇ ਵਿੱਚ ਚਕਾਰਤਾ ਨਾਂ ਦੀ ਇੱਕ ਥਾਂ ਹੈ ਜਿੱਥੇ ਕਿ ਪੂਰਾ ਜਿਹੜਾ ਉਹ ਸੈਂਡ ਦੇ ਵਿੱਚ ਮਾਡਲ ਬਣਾ ਕੇ ਹਰਮੰਦਰ ਸਾਹਿਬ ਦਾ ਕਮਾਂਡੋ ਪ੍ਰੈਕਟਿਸ ਹੋਈ ਜੀ ਫੇਰ ਅਸੀਂ ਦੇਖਦੇ ਹਾਂ ਕਿ ਕਿਵੇਂ ਲੈਫਟ ਹੈਂਡ ਜਨਰਲ ਸਿਨਾ ਜਿਹੜਾ ਵੈਸਟਰਨ ਕਮਾਂਡ ਦਾ ਜਨਰਲ ਸੀ ਉਹਨੇ ਇੰਟਰਵਿਊ ਵੀ ਦਿੱਤਾ ਸੀ ਜਿਹੜਾ ਡੇ ਐਂਡ ਨਾਈਟ ਟੀਵੀ ਦੇ ਉੱਤੇ ਕਿ ਉਹ ਜਦੋਂ ਵੈਸਟਰਨ ਕਮਾਂਡ ਦਾ ਇੰਚਾਰਜ ਸੀ ਔਰ 20 ਸਤੰਬਰ 1981 ਨੂੰ ਸੰਤਾ ਨੇ ਗ੍ਰਿਫਤਾਰੀ ਦੇਣੀ ਸੀ ਉਸ ਪੀਰੀਅਡ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਚੀਫ ਸਕੱਟਰੀ ਨੇ ਉਹਨੂੰ ਕਾਲ ਕਰਕੇ ਕਿਹਾ ਸੀ ਜਨਰਲ ਸਿਨਾ ਨੂੰ ਕਿ ਸਾਨੂੰ ਟੈਂਕ ਚਾਹੀਦਾ ਜੀ ਟੈਂਕ ਜੋ ਸਾਨੂੰ ਉਹਨੇ ਕਿਹਾ ਜੀ ਟੈਂਕ ਤਾਂ ਅਸੀਂ ਕਿਦਾਂ ਦੇ ਦਿਆਂਗੇ ਤਾਂ ਮਿਲਟਰੀ ਯੂਜ਼ ਦਾ ਉਹਨੇ ਇਵਨ ਡਿਫੈਂਸ ਮਿਨਿਸਟਰ ਨੂੰ ਜਿਹੜਾ ਉਸ ਵੇਲੇ ਸਾਊਥ ਇੰਡੀਅਨ ਸੀਮਨ ਉਹਦਾ ਨਾਮ ਹੀ ਯਾਦ ਆ ਰਿਹਾ ਉਹਨੂੰ ਕਿ ਉਹਨੇ ਵੀ ਡਿਫੈਂਸ ਮਿਨਿਸਟਰ ਨੇ ਵੀ ਕਿਹਾ ਉਹਨਾਂ ਨੇ ਕਿ ਦੇ ਦਿਓ ਜੀ ਮੈਡਮ ਨੇ ਕਿਹਾ ਉਹਨੇ ਕਿਹਾ ਮੇਰੀ ਗੱਲ ਕਰਾਓ ਇੰਦਰਾ ਗਾਂਧੀ ਨੇ ਕਿ 90000 80 ਕੇ 90000 ਸਿਕ ਸ਼ੋਲਡਰ ਨੇ ਫੌਜ ਦੇ ਵਿੱਚ ਇਹ ਤਾਂ ਬਗਾਵਤ ਹੋ ਜਾਏਗੀ ਔਰ ਅਸੀਂ ਕੋਈ ਸਾਡੇ ਟੈਂਕ ਕੋਈ ਧਾਰਮਿਕ ਗੁਰਦੁਆਰਿਆਂ ਲਈ ਥੋੜੀ ਨੇ ਜੀ ਸੋ ਜਿਹੜੇ ਟੈਂਕ ਇਹ ਜੂਨ 84 ਦੇ ਵਿੱਚ ਲੈ ਕੇ ਆਏ ਇਹ ਤਾਂ 1981 ਚ ਟੈਂਕ ਇਸਤੇਮਾਲ ਕਰਨਾ ਚਾਹੁੰਦੇ ਸੀ ਸਿਕੰਦਰ ਦੇ ਖਿਲਾਫ ਜੀ ਸੋ ਅਸੀਂ ਸਮਝਦੇ ਹਾਂ ਕਿ ਕੋਈ ਵੀ ਦਲੀਲ ਜਿਹੜੀ ਹੈ ਉਹ ਇਸ ਦੇ ਉੱਤੇ ਨਹੀਂ ਖੜੀ ਹੁੰਦੀ ਫਰਵਰੀ ਮਹੀਨੇ 'ਚ ਤਾਂ ਇੰਗਲੈਂਡ ਤੋਂ ਮਦਦ ਲੈ ਰਹੇ ਸੀ ਉਹ ਉਹਨਾਂ ਦੀਆਂ ਖੁਫੀਆ ਏਜੰਸੀਆਂ ਦੇ ਬੰਦੇ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਕਿਵੇਂ ਕਰਨੇ ਔਰ ਉਹ ਪੀਰੀਅਡ ਹੈ ਸੰਤ ਗੁਰੂ ਨਾਨਕ ਨਵਾਸ ਚ ਵੀ ਰਹੇ ਨੇ ਗੁਰੂ ਰਾਮਦਾਸ ਸਰਾ ਦੇ ਨਾਲ ਲੱਗਦਾ ਹੈ ਜੇ ਕੋਈ ਪੁਲਿਸ ਐਕਸ਼ਨ ਦੀ ਗੱਲ ਹੀ ਹੁੰਦੀ ਲੇਕਿਨ ਜ਼ਾਹਰ ਹੈ ਕਿ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਉਹਦੇ 'ਚ ਉਹਨਾਂ ਦੇ ਦਿਨ ਦੀ ਚੋਣ 3 ਜੂਨ ਦਾ ਦਿਨ ਚੜਨਾ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਉਹਨਾਂ ਵੱਲੋਂ ਅਕਾਲ ਤਖਤ ਨੂੰ ਟਾਰਗੇਟ ਕਰਨਾ ਸੰਤ ਭਿੰਡਾ ਵਾਲਿਆਂ ਨੂੰ ਟਾਰਗੇਟ ਕਰਨਾ ਔਰ ਜਿਸ ਤਰੀਕੇ ਨਾਲ ਫਿਰ ਕੱਲੀ ਗੱਲ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਜਾਂ ਸੈਂਤੀ ਇਤਿਹਾਸਕ ਗੁਰਦੁਆਰਿਆਂ ਤੇ ਹਮਲੇ ਨਾਲ ਨਹੀਂ ਮੁੱਕੀ ਜਿਸ ਹਮਲੇ ਨੂੰ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਉਹ ਇਹ ਵੀ ਸੱਖਾਂ ਦੇ ਨਾਲ ਇੱਕ ਬਹੁਤ ਵੱਡੀ ਮਜ਼ਾਕ ਵਾਲੀ ਗੱਲ ਸੀ ਔਰ ਇਹ ਕਿ ਹੁਣ ਨੀਲਾ ਰੰਗ ਖਾਲਸੇ ਦਾ ਰੰਗ ਹੈ ਦਸਵੇਂ ਪਾਤਸ਼ਾਹ ਦਾ ਪਿਆਰਾ ਰੰਗ ਸੀ ਹੁਣ ਸਿੱਖਾਂ ਨੂੰ ਤੁਸੀਂ ਮਾਰ ਮੁਕਾਰ ਰਹੇ ਹੋ ਔਰ ਉਹਦਾ ਨਾਂ ਰੱਖ ਰਹੇ ਹੋ ਬਲੂ ਸਟਾਰ ਤੁਹਾਨੂੰ ਨੀਲਾ ਤਾਰਾ ਦਿਖਾਇਆ ਪਰ ਇਹ ਗੱਲ ਸਾਡੇ ਨਾਲ ਹੀ ਨਹੀਂ ਕੀਤੀ ਇਹਨਾਂ ਨੇ ਜਿਹੜਾ ਬੁੱਧ ਧਰਮ ਜਿਹਦਾ ਸਫਾਇਆ ਹਿੰਦੁਸਤਾਨ 'ਚੋਂ ਕੀਤਾ ਹੈ ਹੁਣ ਬੁੱਧ ਧਰਮ ਨਾਨ ਵਾਇਲੈਂਸ 'ਚ ਯਕੀਨ ਰੱਖਦਾ ਹੈ ਅਹ ਹਿੰਸਾ ਪਰਮੋਧ ਧਰਮ ਹੈ ਬੋਧੀਆਂ ਦਾ ਸਿਧਾਂਤ ਸੀ ਸੋ ਜਦੋਂ ਪਹਿਲੀ ਵਾਰ ਇਹਨਾਂ ਨੇ 19 1970 ਦੇ ਵਿੱਚ 1974 'ਚ इंदिरा गांधी ਨੇ ਐਟੋਮਿਕ ਐਟਮ ਧਮਾਕਾ ਕੀਤਾ ਪੋਖਰਾਨ ਦੇ ਵਿੱਚ ਰਾਜਸਥਾਨ ਚ ਤੇ ਉਹਦਾ ਕੋਡ ਨੇਮ ਰੱਖਿਆ ਗਿਆ ਸੀ ਸਮਾਈਲਿੰਗ ਬੁੱਧਾ ਜੀ ਕਿ ਬੁੱਧ ਮੁਸਕਰਾ ਰਿਹਾ ਹੁਣ ਬੁੱਧ ਅਹਿੰਸਾ ਚ ਯਕੀਨ ਰੱਖਦਾ ਤੇ ਇਹ ਐਟਮ ਬੰਬ ਬਣਾ ਕੇ ਉਹਦਾ ਕੋਡ ਨੇਮ ਸਮਾਈਲਿੰਗ ਬੁੱਧਾ ਦੇ ਰਹੇ ਨੇ ਕਿ ਉਹ ਉਹਨਾਂ ਨੇ ਬੁੱਧ ਨੂੰ ਮਾਫ ਨਹੀਂ ਕੀਤਾ ਕਿਉਂ ਉਹਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ 1998 ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਜਦੋਂ ਨਿਊਕਲੀਅਰ ਇੰਡੀਆ ਨੇ ਟੈਸਟ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਜਿਹੜਾ ਪਾਵਰ ਡਿਕਲੇਅਰ ਕੀਤਾ ਤੇ ਉਦੋਂ ਜਿਹੜਾ ਕੋਡ ਨੇਮ ਉਸ ਟੈਸਟ ਦਾ ਰੱਖਿਆ ਗਿਆ ਸੀ ਉਹ ਸੀ ਲਾਫਿੰਗ ਬੁੱਧਾ ਜੀ 1974 ਚ ਸਮਾਈਲ ਕਰਦਾ ਬੁੱਧਾ ਜਿਹੜਾ 1998 ਚ ਹੱਸਣ ਲੱਗ ਗਿਆ ਸੀ ਜੀ ਸੋ ਇਹ ਵੀ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਵੀ ਇਵਨ ਸਿੱਖਾਂ ਨੂੰ ਅਪਮਾਨਿਤ ਕਰਨ ਦੇ ਲਈ ਇਹ ਬਲੂ ਸਟਾਰ ਸ਼ਬਦ ਇਸਤੇਮਾਲ ਕੀਤਾ ਗਿਆ ਅਫਸੋਸ ਕਿ ਸਾਡੇ ਬਹੁਤ ਸਾਰੇ ਸਿੱਖ ਲੇਖਕ ਬੁੱਧੀਜੀਵੀ ਬੁਲਾਰੇ ਵੀ ਬਲੂ ਸਟਾਰ ਬਲੂ ਸਟਾਰ ਕਰੀ ਜਾਣਗੇ ਆਪਰੇਸ਼ਨ ਬਲੂ ਸਟਾਰ ਇਹ ਦੁਸ਼ਮਨ ਦਾ ਦਿੱਤਾ ਹੋਇਆ ਨਾਮ ਹੈ ਸਾਡੇ ਲਈ ਇੰਡੀਅਨ ਆਰਮੀ ਇਨਵੇਸ਼ਨ ਕੱਲੂ ਕਾਰਾ 84 ਕਹਿ ਲਓ ਭਾਰਤ ਦਾ ਫੌਜੀ ਹਮਲਾ ਕਹਿ ਲਓ ਇਹਨੂੰ ਮਤ ਇਸਤੇਮਾਲ ਕਰੋ ਇਹ ਸ਼ਬਦ ਨੂੰ ਜੀ ਜੀ ਔਰ ਗੱਲ ਫਿਰ ਕੱਲੀ ਇੱਕ ਆਪਰੇਸ਼ਨ ਥੋੜੀ ਉਹਨਾਂ ਨੇ ਨਾਮ ਰੱਖਿਆ ਨੇ ਇਹ ਕਰਨ ਤੋਂ ਇੱਕਦਮ ਬਾਅਦ ਪੰਜਾਬ ਦੇ 12000 ਪਿੰਡਾਂ ਦੇ ਵਿੱਚ ਉਹਨਾਂ ਨੇ ਸਿੱਖ ਨੌਜਵਾਨ ਜਿਹੜੇ 13 14 ਸਾਲ ਦੀ ਉਮਰ ਤੋਂ 26 27 ਸਾਲ ਤੱਕ ਸੀ ਉਹਨਾਂ ਦੀ ਫੜੌਫੜੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਜਿਹੜਾ ਚੁੱਕਣਾ ਸ਼ੁਰੂ ਕਰ ਦਿੱਤਾ ਔਰ ਉਹ ਜਿਹੜਾ ਉਹਨਾਂ ਨੇ ਆਪਰੇਸ਼ਨ ਪਿੰਡਾਂ ਦੇ ਵਿੱਚ ਕੀਤਾ ਉਹਦਾ ਨਾਮ ਰੱਖਿਆ ਆਪਰੇਸ਼ਨ ਵੁੱਡ ਰੋਜ਼ ਜੰਗਲੀ ਫੁੱਲ ਗੁਲਾਬ ਦਾ ਜੰਗਲ ਦੇ ਵਿੱਚ ਵੀ ਗੁਲਾਬ ਦੇ ਫੁੱਲ ਹੁੰਦੇ ਨੇ ਉਹਦੇ ਥੱਲੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਉਹ ਅਮਰਤਾਰੀ ਸਿੱਖ ਨੌਜਵਾਨਾਂ ਦਾ ਖਾਤਮਾ ਕੀਤਾ ਔਰ ਇਸ ਦਾ ਸਬੂਤ ਇਹ ਹੈ ਕਿ ਵੀ ਇਹ ਜੂਨ ਦੇ ਵਿੱਚ ਇਹ ਅਟੈਕ ਹੁੰਦਾ ਹੈ 10 ਜੁਲਾਈ ਨੂੰ ਭਾਰਤੀ ਫੌਜ ਦਾ ਇੱਕ ਸਰਕੂਲਰ ਜਿਹੜਾ 15 ਦਿਨਾਂ 15 ਫੋਰਟ ਨਾਈਟ ਲਈ ਉਹਨਾਂ ਦਾ ਮੈਗਜ਼ੀਨ ਹੈ ਜਿਹਦਾ ਨਾਮ ਹੈ ਬਾਤਚੀਤ ਜਿਹੜਾ ਉਹਨਾਂ ਦਾ 10 ਜੁਲਾਈ ਵਾਲਾ ਅੰਕ ਸੀਯੂ ਦੇ ਵਿੱਚ ਹਦਾਇਤ ਸੀ ਉਹਦੇ 'ਚ ਅੰਗਰੇਜ਼ੀ 'ਚ ਉਹ ਲਿਖਿਆ ਹੋਇਆ ਹੈ ਇਫ ਯੂ ਪੀਪਲ ਆਰ ਇਫ ਯੂ ਸੈਕਸ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜੀਅਨ ਦੇ ਵੇਅਰ ਅ ਮਿਨੀਏਚਰ ਕਿਰਪਾਨ ਰਾਊਂਡ ਥੇਅਰ ਨੈਕ ਐਂਡ ਆਰ ਕਾਲਡ ਅਮਰਤਾਰੀਸ ਕੁਝ ਸਿੱਖਾਂ ਨੂੰ ਕਰਮ ਦੇ ਨਾਮ ਤੇ ਸੌਂ ਖਵਾਈ ਜਾਂਦੀ ਹੈ ਇਹ ਛੋਟੀ ਕਿਰਪਾਨ ਗਲ ਗਲ ਦੇ ਦੁਆਲੇ ਪਾਉਂਦੇ ਨੇ ਤੇ ਇਹਨਾਂ ਨੂੰ ਅੰਮ੍ਰਿਤਾਰੀ ਕਿਹਾ ਜਾਂਦਾ ਹੁਣ ਇਹ ਇਸ ਲਈ ਸੀ ਕਿ ਜਦੋਂ ਯੂਪੀ ਬਿਹਾਰ ਮਦਰਾਸ ਦੇ ਬਈਆਂ ਨੇ ਦੱਖਣੀਆਂ ਨੇ ਜਾ ਕੇ ਪਿੰਡਾਂ ਦੇ ਵਿੱਚ ਛਾਪੇ ਮਾਰਨੇ ਨੇ ਤੇ ਉਹ ਕਿਹਦੀ ਪਛਾਣ ਕਰ ਮ ਕਿਨਾ ਕਿਨਾਂ ਨੂੰ ਝੁਕਣਾ ਉਹਨਾਂ ਨੇ ਕਿਨਾ ਕਿਨਾਂ ਦੇ ਮੁਕਾਬਲੇ ਬਣਾਉਣੇ ਨੇ ਫਿਰ ਅੱਗੇ ਸੀ ਐਨ ਅਪੀਲ ਥੀਜ਼ ਅੰਮ੍ਰਿਤਾਰੀਸ ਦੇ ਆਰ ਵੈਰੀ ਡੇਂਜਰਸ ਪੀਪਲ ði mei ਐਪੀਅਰ ਇਨੋਸੈਂਟ ਫਰਮ ਆਊਟਸਾਈਡ ਬਟ ਬੇਸਿਕਲੀ ਦੇ ਆਰ ਕਮਿਟਿਡ ਟੂ ਅਰਸਨ ਮਰਡਰ ਐਂਡ ਲੂਟ ਜੀ ਐਨੀ ਇਨਫੋਰਮੇਸ਼ਨ ਅਬਾਊਟ ਦਾ ਵੇਅਰ ਅਬਾਊਟਸ ਆਫ ਅਮਰਤਾਰੀਸ ਸ਼ੁੱਡ ਬੀ ਬਰਾਟ ਇਨ ਦਾ ਨੋਟਿਸ ਆਫ ਨੀਅਰ ਬਾਈ ਆਰਮੀ ਅਥਾਰਟੀਜ਼ ਇਟ ਵਿਲ ਬੀ ਅ ਗ੍ਰੇਟ ਸਰਵਿਸ ਟੂ ਦਾ ਇੰਡੀਅਨ ਨੇਸ਼ਨ ਜੀ ਕਿ ਇਹ ਅਮਰਤਾਰੀ ਭਾਵੇਂ ਦੇਖਣ ਨੂੰ ਬੜੇ ਭੋਲੇ ਭਾਲੇ ਲੱਗਦੇ ਹੋਣ ਪਰ ਇਹ ਬੜੇ ਕਾਤਲ ਨੇ ਖੂਨੀ ਨੇ ਔਰ ਲੁੱਟਮਾਰ ਚ ਯਕੀਨ ਰੱਖਦੇ ਨੇ ਇਨਰ ਬਾਰੇ ਜਿਹੜੀ ਕੋਈ ਵੀ ਜਾਣਕਾਰੀ ਹੈ ਇਹ ਸਾਡੇ ਨੇੜਲੀ ਜਿਹੜੇ ਤੁਹਾਡੀ ਫੌਜੀ ਛੋਣੀ ਹੈ ਉਹਨਾਂ ਦੇ ਫੌਜੀ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਂਦੀ ਜਾਏ ਇਹ ਭਾਰਤ ਦੇਸ਼ ਦੀ ਬਹੁਤ ਵੱਡੀ ਸਰਵਿਸ ਹੋਏਗੀ ਔਰ ਇਹ ਬਾਤचीत ਨੂੰ ਚੈਲੰਜ ਕੀਤਾ ਗਿਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਉਹਨਾਂ ਨੂੰ ਵਾਪਸ ਲੈਣਾ ਪਿਆ ਸੀ ਪਰ ਇਸ ਹਮਲੇ ਤੋਂ ਦੇ ਥੱਲੇ ਇਸ ਸੋ ਕਾਲਡ ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਫਿਰ ਪੰਜਾਬ ਦੇ 12000 ਪਿੰਡਾਂ ਚੋਂ ਜਿਹੜਾ ਸਿੱਖ ਨੌਜਵਾਨੀ ਦਾ ਖਾਤਮਾ ਕੀਤਾ ਇਹ ਉਹੀ ਸਮਾਂ ਸੀ ਕਿ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਦੇ ਕੁਝ ਨੌਜਵਾਨ ਆਪਣੀਆਂ ਜਾਨਾਂ ਬਚਾਣ ਲਈ ਗਵਾਂਡੀ ਦੇਸ਼ ਵਿੱਚ ਚਲੇ ਗਏ ਫਿਰ ਜਿਨ੍ਹਾਂ ਨੂੰ ਕਿਹਾ ਗਿਆ ਜੀ ਗਵਾਂਡੀ ਦੇਸ਼ ਹੱਤਵਾਦ ਫਲਾ ਰਿਹਾ ਹੈ ਆਈਐਸਆਈ ਕਰ ਰਹੀ ਹੈ ਇੱਕ ਕਰ ਰਿਹਾ ਹੈ ਉਹ ਕਰ ਰਹੇ ਨੇ ਸੋ ਜ਼ਾਹਰ ਹੈ ਕਿ ਇਹ ਜਿਹੜੀ ਔਰ ਫਿਰ ਇਹ ਗੱਲ ਇੱਥੇ ਇਹ ਲਗਾਤਾਰਤਾ ਨਾਲ ਅਗਲੇ 30 ਸਾਲਾਂ ਦੇ ਵਿੱਚ ਉਹ ਆਪਰੇਸ਼ਨ ਚੇਜ਼ ਹੋਏ ਆਪਰੇਸ਼ਨ ਫਾਈਨਲ ਅਸਾਲਟ ਹੋਏ ਫਾਈਨਲ ਸੋਲੂਸ਼ਨ ਹੋਏ ਇਕ ਕਿੰਨੇ ਪੰਜਾਬ ਦੇ ਵਿੱਚ ਆਪਰੇਸ਼ਨ ਮੰਡ ਕਿ ਕਿਹਾ ਇੱਕ ਦਰਜਨ ਦੇ ਕਰੀਬ ਜਿਹੜੇ ਉਹਨਾਂ ਨੇ ਆਡਰ ਨਾਂ ਰੱਖ ਕੇ ਪੰਜਾਬ ਦੇ ਵਿੱਚ ਕਿਵੇਂ ਜਵਾਨੀ ਦਾ ਸਫਾਇਆ ਕੀਤਾ ਔਰ ਹੁਣ ਜਿਹੜਾ ਆਪਰੇਸ਼ਨ ਪਿਛਲੇ 8-10 ਸਾਲ ਤੋਂ ਲਗਾਤਾਰਤਾ ਨਾਲ ਚੱਲ ਰਿਹਾ ਹੈ ਉਹ ਆਪਰੇਸ਼ਨ ਸਬਸਟੈਂਸ ਅਬਿਊਜ਼ ਡਰੱਗਸ ਜੀ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਜੇ ਉਹਨਾਂ ਦੇ ਪੁਰਾਣੇ ਆਪਰੇਸ਼ਨ ਕਾਮਯਾਬ ਨਹੀਂ ਹੋਏ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਡਰੱਗਸ ਦੇ ਹਵਾਲੇ ਨਾਲ ਜੋ ਹਾਲ ਪੰਜਾਬ ਦੀ ਜਵਾਨੀ ਦਾ ਇਹਨਾਂ ਨੇ ਕਰ ਦਿੱਤਾ ਹੈ ਅੱਜ ਵੀ ਟ੍ਰਿਬਿਊਨ ਦੇ ਵਿੱਚ ਇੱਕ ਸਟੋਰੀ ਸੀ ਉਹਦੇ ਵਿੱਚ ਸੀ ਕਿ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੀਆਂ ਕੋਡ ਕਿਰਲੀ ਜਨੂੰ ਕਹਿੰਦੇ ਨੇ ਜਾਂ ਛਪਕਲੀ ਹਿੰਦੀ ਵਾਲੇ ਕਹਿੰਦੇ ਨੇ ਉਹ ਨਹੀਂ ਮਿਲਦੀਆਂ ਕਿ ਕਿਵੇਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਮਿਲਣਗੀਆਂ ਵੀ ਉਹਨਾਂ ਦੀਆਂ ਪੂੰਛਾਂ ਕੱਟੀਆਂ ਹੋਈਆਂ ਨੇ ਕਿਉਂਕਿ ਕਿਵੇਂ ਜਿਹੜੇ ਡਰੱਗੀ ਨੇ ਔਰ ਸਨੇਕ ਸੱਪ ਵੀ ਜਿਹੜੇ ਨੇ ਉਹ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਪੌਇਜ਼ਨ ਕੱਢ ਕੱਢ ਕੇ ਔਰ ਕਿਵੇਂ ਉਹਨੂੰ ਉਹ ਐਜ਼ ਅ ਡਰੱਗ ਇਸਤੇਮਾਲ ਕਰਦੇ ਨੇ ਔਰ ਕਿਵੇਂ ਕਈ ਓਵਰਡੋਜ਼ ਨਾਲ ਮਰ ਰਹੇ ਨੇ ਕੀ ਹੋ ਰਿਹਾ ਕਿਵੇਂ ਸਮੈਕ ਹੈਰੋਇਨ ਕੀ ਚੱਲ ਰਿਹਾ ਹੈ ਸੋ ਇਹ ਜਿਹੜਾ ਸਾਰਾ ਪਾਰਟ ਹੈ ਇਹ ਕੋਈ ਐਵੇਂ ਨਹੀਂ ਹੋ ਗਿਆ ਡਰੱਗਸ ਉੱਤੋਂ ਨਹੀਂ ਡਿੱਗਦੀਆਂ ਹਨ ਜੀ ਹੁਣ ਪਾਕਿਸਤਾਨ ਨਾਲ ਜਿਹੜਾ ਜਿੰਨਾ ਬਾਰਡਰ ਲੱਗਦਾ ਹੈ ਵਾਗ ਉੱਥੋਂ ਹੁਸੈਨੀ ਵਾਲਾ ਤੋਂ ਜਾਂ ਵਾਗਾ ਤੋਂ ਉਹ ਤਾਂ ਸਾਰੇ ਦਾ ਸਾਰਾ ਬਾਰਬਡ ਵਾਇਰ ਹੈ ਕੰਡਿਆਲੀ ਤਾਰ ਹੈ ਕਰੰਟ ਛੱਡਿਆ ਹੁੰਦਾ ਹੈ ਉੱਤੋਂ ਲੈ ਕੇ ਥੱਲੇ ਤੱਕ ਉੱਥੋਂ ਕੋਈ ਪਰਿੰਦਾ ਚਰਿੰਦਾ ਕੋਈ ਕ੍ਰੋਸ ਨਹੀਂ ਡਰੱਗ ਕਿੱਥੋਂ ਆ ਰਹੀ ਹੈ ਜੀ ਜੀ ਔਰ ਕੌਣ ਸਪਲਾਈ ਕਰ ਰਿਹਾ ਹੈ ਇਹੀ ਸਕਿਉਰਿਟੀ ਫੋਰਸਿਸ ਜਿਨ੍ਹਾਂ ਨੇ ਪੰਜਾਬ ਚ ਉਹ ਕੋਈ ਘਰ ਵੀ ਨਹੀਂ ਛੱਡਿਆ ਜਿੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਦੇ ਕੁਝ ਹਜ਼ਾਰੂ ਪ੍ਰਸ਼ਾਦਾ ਵੀ ਚੱਕ ਕੇ ਗਏ ਨੇ ਜਿਹੜੀਆਂ ਸਿਕਿਉਰਿਟੀ ਫੋਰਸਿਜ਼ ਇਸ ਕਦਰ ਖਬਰ ਰੱਖਦੀਆਂ ਸੀ ਕਿ ਕਿਨੇ ਕਦੇ ਘਰੋਂ ਰੋਟੀ ਖਾਧੀ ਹੈ ਇਹਨਾਂ ਨੂੰ ਨਹੀਂ ਪਤਾ ਇਹ ਡਰੱਗਸ ਕੌਣ ਲਿਆ ਰਿਹਾ ਕਿੱਥੇ ਹੈ ਡਿਸਟ੍ਰੀਬਿਊਟ ਕਿਵੇਂ ਹੋ ਰਹੀ ਹੈ ਪੈਸਾ ਕਿੱਥੇ ਜਾ ਰਿਹਾ ਕੌਣ ਕੀ ਕਰ ਰਿਹਾ ਪਰ ਕਿਉਂਕਿ ਇਹ ਏਜੰਸੀਆਂ ਦੀ ਖੇਡ ਹੈ ਔਰ ਉਹਨਾਂ ਨੇ ਉਹ ਮਜੀਠਿਆ ਹੋਏ ਉਹ ਡੋਡਿਆਂ ਵਾਲਾ ਬਾਬਾ ਹੋਇਆ ਜੀਤ ਕੋਹੜ ਉਹ ਕੋਈ ਹੋਰ ਹੋਏ ਇਹ ਸਾਰੇ ਜਿਹੜੇ ਗਰੀਡੀ ਪਿਗ ਨੇ ਇਹ ਰੱਖੇ ਹੋਏ ਨੇ ਔਰ ਇਹਨਾਂ ਰਾਈ ਜਿਹੜਾ ਇਹ ਏਜੰਸੀਆਂ ਦਿੱਲੀ ਦੀਆਂ ਆਪਣੀ ਖੇਡ ਖੇਡ ਰਹੀਆਂ ਨੇ ਪੰਜਾਬ ਦੀ ਜਵਾਨੀ ਨੂੰ ਉਹਨਾਂ ਨੇ ਕਾਫੀ ਹੱਦ ਤੱਕ ਬਰਬਾਦ ਕਰ ਦਿੱਤੇ ਔਰ ਅੱਜ ਜੋ ਹਾਲ ਪੰਜਾਬ 'ਚ ਚੱਲ ਰਿਹਾ ਹੈ ਉਹ ਬਿਆਨ ਤੋਂ ਬਾਹਰ ਹੈ ਕਿਵੇਂ ਇਹਦੇ 'ਚੋ ਛਡਕਾਰਾ ਹੋਏਗਾ ਇਹ ਇੱਕ ਵੱਖਰਾ ਵਿਸ਼ਾ ਪਰ ਅਸੀਂ ਜਦੋਂ ਕਿ ਇਸ 5 ਜੂਨ ਨੂੰ ਇਹ ਪ੍ਰੋਗਰਾਮ ਕਰ ਰਹੇ ਆ ਪੰਥ ਖੱਲੂਕਾਰਾ ਦਿਵਸ ਦੁਨੀਆ ਭਰ ਦੇ ਵਿੱਚ ਹਫਤੇ ਨੂੰ ਯਾਦ ਕਰ ਰਹੇ ਇਹ ਜਿਹੜੇ ਸਾਡੇ ਸਾਹਮਣੇ ਚੈਲੰਜ ਨੇ ਵਿਖ ਦੇ ਸਾਡੇ ਸ਼ਹੀਦ ਮਹਾਨ ਨੇ ਉਹਨਾਂ ਨੇ ਆਪਣੀ ਥਾਂ ਗੁਰੂ ਦੇ ਚਰਨਾਂ 'ਚ ਬਣਾਈ ਏ ਉਹਨਾਂ ਪ੍ਰਤੀ ਹਮੇਸ਼ਾ ਸਾਡਾ ਸਤਕਾਰ ਔਰ ਸਾਡਾ ਪ੍ਰਣਾਮ ਰਹੇਗਾ ਪਰ ਅਸੀਂ ਸਮਝਦੇ ਆਂ ਵੀ ਸਾਨੂੰ ਇਸ ਗੱਲ ਦੀ ਜਿਹੜੀ ਹੈ ਉਹ ਐਂਗਜ਼ਾਇਟੀ ਹੋਣੀ ਚਾਹੀਦੀ ਹੈ ਫਿਕਰ ਹੋਣਾ ਚਾਹੀਦਾ ਹੈ ਕਿ ਆਪਣੀ ਜਨਰੇਸ਼ਨ ਨੂੰ ਕਿਵੇਂ ਸੰਭਾਲਣਾ ਹੈ ਬਾਹਰ ਬੈਠੇ ਸਿੱਖ ਕੀ ਰੋਲ ਅਦਾ ਕਰ ਸਕਦੇ ਨੇ ਕਿਵੇਂ ਪੰਜਾਬ ਦੇ ਵਿੱਚ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਨੂੰ ਖਾਰਿਸਤਾਨ ਦੀ ਗੱਲ ਨੂੰ ਅੱਗੇ ਤੋਰ ਸਕਦੇ ਹਾਂ ਸੋ ਮੈਂ ਸਮਝਦਾ ਵੀ ਇਹ ਸਾਡੇ ਲਈ 30 ਬਰੇ ਬੀਤਣ ਬਾਅਦ ਇੱਕ ਚਿੰਤਨ ਦੀ ਘੜੀ ਹੈ ਇੱਕ ਵਿਚਾਰ ਦੀ ਘੜੀ ਹੈ ਇੱਕ ਡੂੰਗੀ ਸੋਚ ਦੀ ਘੜੀ ਹੈ ਤਾਂ ਕਿ ਅਸੀਂ ਆਪਣੀ ਕੌਮ ਆਪਣਾ ਵਿਰਸਾ ਔਰ ਆਪਣਾ ਆਜ਼ਾਦ ਦੇਸ਼ ਜਿਹਦੇ ਨਾਲ ਸਾਡੇ ਲਗਭਗ ਸਾਰੇ ਮਸਲਿਆਂ ਦਾ ਹੱਲ ਜੁੜਿਆ ਹੋਇਆ ਉਸ ਦੀ ਪ੍ਰਾਪਤੀ ਦੇ ਲਈ ਪੇਸ਼ਕਦਮੀ ਕਰ ਸਕੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਦਿਨ ਆ ਲੈਣੇ ਆ ਬ੍ਰੇਕ ਈਵਰਸ ਜਿੱਦ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਕਮਰਸ਼ਲ ਬ੍ਰੇਕ ਤੋਂ ਬਾਅਦ